ਪਰਮ ਸਤਕਾਰਯੋਗ ਸਾਧ ਸੰਗਤ ਜੀ ਆਪਣੀ ਆਪਣੀ ਮਨ ਬਿਰਤ ਨੂੰ ਇਕਾਗਰ ਕਰ ਲਈਏ ਤੇ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਧੰਨ ਸ਼੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਵਿਸ਼ਾ ਹੈ ਪ੍ਰਭੂ ਕੀ ਸਰੰਗੀ ਹੁਣ ਵਿਨਾਇਕ ਕੋਲ ਇਹ ਸਾਖੀ ਗੁਰਸਾਖੀ ਭਾਗ ਪਹਿਲਾ ਵਿੱਚੋਂ ਲਈ ਗਈ ਹੈ ਸੰਗੀਤ ਹਾਲ ਵੀ ਸੰਗੀਤ ਸਿੱਖਿਆਰਥੀ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿੱਚ ਵਾਰੀ-ਵਾਰੀ ਆਪਣੇ ਸਾਜ਼ ਨਾਲ ਆਪਣੇ ਉਸਤਾਦਾਂ ਤੋਂ ਸਿੱਖਿਆ ਸੰਗੀਤ ਸੁਣਾ ਰਹੇ ਸਨ ਸਤਗੁਰੂ ਜੀ ਦਾ ਨਿੱਜੀ ਸੇਵਕ ਕੁਝ ਪਲਾਂ ਲਈ ਕਿਸੇ ਦੇ ਇਸ਼ਾਰਾ ਕਰਨ ਤੇ ਬਾਹਰ ਗਿਆ ਵਾਪਸ ਆ ਹੱਥ ਜੋੜ ਬੜੀ ਧੀਮੀ ਆਵਾਜ਼ ਵਿੱਚ ਸਤਗੁਰੂ ਜੀ ਨਾਲ ਕੋਈ ਅਹਿਮ ਗੱਲ ਸਾਂਝੀ ਕਰਨ ਲੱਗਿਆ ਸੇਵਕ ਦੀ ਗੱਲ ਸੁਣ ਸਤਿਗੁਰੂ ਜੀ ਨੇ ਇਸ਼ਾਰਾ ਕਰ ਇੱਕ ਦਮ ਸੰਗੀਤ ਰੋਕ ਦਿੱਤਾ ਤੇ ਆਪ ਆਪਣੇ ਆਸਣ ਤੋਂ ਉੱਠ ਨਿਜ ਅਸਥਾਨ ਤੇ ਜਾ ਦਰਵਾਜ਼ਾ ਬੰਦ ਕਰ ਲਿਆ ਸੇਵਕ ਤੇ ਨਿਕਟ ਵਰਤੀ ਸਿੱਖ ਬਾਹਰ ਬੈਠ ਦਰਵਾਜ਼ਾ ਖੁੱਲਣ ਦੇ ਇੰਤਜ਼ਾਰ ਕਰਨ ਲੱਗੇ ਕਿਸੇ ਸਤਿਗੁਰੂ ਜੀ ਦੇ ਨਾਲ ਹੀ ਆਏ ਸੇਵਕ ਤੋਂ ਦਰਵਾਜ਼ਾ ਬੰਦ ਕਰਨ ਦਾ ਕਾਰਨ ਜਾਣਨਾ ਚਾਹਿਆ ਤੇ ਸੇਵਕ ਰਛਪਾਲ ਸਿੰਘ ਨੇ ਦੱਸਿਆ ਕੇ ਬੱਚਿਆਂ ਨੂੰ ਸੰਗੀਤ ਸਿਖਾਉਂਦੇ શ્રી ਪ੍ਰਭੂ ਸਹਾਏ ਬਨਾਰਸ ਤੋਂ ਵਾਪਸ ਟ੍ਰੇਨ ਰਾਹੀ શ્રી ਪੈਣੀ ਦਾ ਬਾਹ ਰਹੇ ਸੰ ਸੁਲਤਾਨਪੁਰ ਸਟੇਸ਼ਨ ਤੇ ਉਹ ਪਾਣੀ ਪੀਣ نیچے ਉਤਰੇ ਜਦੋਂ ਗੱਡੀ ਚੜਨ ਲੱਗੇ ਤਾਂ ਗੱਡੀ ਚੱਲ ਪਈ ਸੀ ਉਸ ਦਾ ਪੈਰ ਫਿਸਲਿਆ ਤੇ ਗੱਡੀ ਦੇ ਹੇਠਾਂ ਰੇਵਲੇ ਰੇਲਵੇ ਲਾਈਨ ਤੇ ਡਿੱਗ ਕੇ ਕੱਟ ਗਏ ਤੇ ਮੌਤ ਹੋ ਗਈ ਇਹ ਖਬਰ ਸੁਣ ਸਾਰਿਆਂ ਦੇ ਮੂੰਹ ਹੈ ਰੂ ਹੈ ਰੂ ਹੋ ਗਏ 1969 ਵਿੱਚ ਪਿਤਾ ਵਿਦਾਈ ਸਹਾਈ ਵਿਦਿਆ ਸਹਾਈ ਅਤੇ ਮਾਤਾ وجੈਸ਼ਵਰੀ ਦੇਵੀ ਦੇ ਘਰ ਬਨਾਰਸ ਵਿੱਚ ਜਨਮੇ ਪ੍ਰਭੂ ਸਹਾਏ ਨੇ ਆਪਣੀ ਸਕੂਲੀ ਵਿੱਦਿਆ ਦੇ ਨਾਲ ਨਾਲ ਸੰਗੀਤ ਦੇ ਸਾਰੰਗੀ ਦੀ ਸਿੱਖਿਆ 우ਸਤਾਦ ਰਾਜਨ ਸਾਜਨ ਮਿਸ਼ਰਾ ਦੇ ਪਿਤਾ ਜੀ ਹਨੂਮਾਨ ਪ੍ਰਸਾਦ ਮਿਸ਼ਰ ਤੋਂ ਲੈਣੀ ਸ਼ੁਰੂ ਕੀਤੀ ਸਾਰੰਗੀ ਦੇ ਚੰਗੇ ਮਾਹਰ ਹੋ ਗਏ ਸੁਰ ਅਤੇ ਸੰਗੀਤ ਦੀ ਸੋਹਣੀ ਵਾਕਫੀਤ ਹੋ ਗਈ 1995 ਵਿੱਚ 95 ਵਿੱਚ ਬੀਬੀ ਅਨੀਤਾ ਨਾਲ ਪ੍ਰਭੂ ਸਹਾਏ ਜੀ ਦੀ ਸ਼ਾਦੀ ਹੋ ਗਈ ਘਰ ਪਰਿਵਾਰ ਅਤੇ ਰੋਜ਼ਗਾਰ ਲਈ ਯਤਨ ਅਰੰਭੇ ਬਨਾਰਸ ਵਿੱਚ ਮਿਸ਼ਰਾ ਪਰਿਵਾਰ ਨਾਲ ਕਾਫੀ ਨਿਕਟਤਮ ਸੰਬੰਧ ਸੰਬੰਧ ਚੰ ਤੇ શ્રી ਰਾਜਨ ਮਿਸ਼ਰਾ ਜੀ ਨੇ ਸ੍ਰੀ ਸਤਗੁਰ ਜਗਜੀਤ ਸਿੰਘ ਜੀ ਕੋਲ ਪ੍ਰਭੂ ਸਹਾਏ ਬਾਰੇ ਅਰਜ਼ ਕੀਤੀ ਦੀ ਆਗਿਆ ਹੋਵੇ ਤਾਂ ਪ੍ਰਭੂ ਸਹਾਏ ਜਿਸ ਨੇ ਸੰਗੀਤ ਦੀ ਸਿੱਖਿਆ ਉਹਨਾਂ ਦੇ ਪਿਤਾ ਜੀ ਤੋਂ ਪ੍ਰਾਪਤ ਕੀਤੀ ਹੈ। શ્રી ਪੈਣੀ ਸਾਹਿਬ ਰਹਿ ਕੇ ਬੱਚਿਆਂ ਨੂੰ ਸਰੰਗੀ ਦੀ ਸਿੱਖਿਆ ਦਵੇ। ਸਤਿਗੁਰੂ ਜੀ ਨੇ ਪਰਵਾਨਗੀ ਦਿੱਤੀ ਤਾਂ 1999 ਵਿੱਚ ਪ੍ਰਭੂ ਸਹਾਏ શ્રી ਪੈਣੀ ਸਾਹਿਬ ਸਤਗੁਰ ਜਗਜੀਤ ਸਿੰਘ ਜੀ ਦੀ ਸੇਵਾ ਵਿੱਚ ਆਇਆ ਅਤੇ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਲੱਗਾ। ਮਦਰੇ ਕਾਦ ਦਾ ਗੌਰਵਨ ਪ੍ਰਭੂ ਸਹਾਏ ਨਿਮਰਤਾ ਪਿਆਰ ਤੇ ਹਲੀਮੀ ਦੀ ਮੂਰਤ ਸੀ ਹਰ ਇੱਕ ਨੂੰ ਬੜੇ ਪਿਆਰ ਨਾਲ ਸਿਰ ਨਿਵਾ ਕੇ ਮਿਲਣਾ ਮਿੱਠਾ ਬੋਲਣਾ ਸਹਿਜ ਅਵਸਥਾ ਵਿੱਚ ਵਿਚਰਣਾ ਜਲਦੀ ਹੀ ਪ੍ਰਭੂ ਸਹਾਏ ਸ਼੍ਰੀ ਪੈਣੀ ਸਾਹਿਬ ਦੇ ਮਾਹੌਲ ਵਿੱਚ ਰਚ ਮਿਚ ਗਏ ਉਸ ਦੀ ਸਮਰਪਣ ਭਾਵਨਾ ਨੇ ਸਤਗੁਰ ਜਗਜੀਤ ਸਿੰਘ ਜੀ ਦੇ ਹਿਰਦੇ ਵਿੱਚ ਵੀ ਵਿਸ਼ੇਸ਼ਤਾ ਬਣਾ ਲਈ ਕੁਝ ਮਹੀਨਿਆਂ ਬਾਅਦ ਪ੍ਰਭੂ ਸਹਾਏ ਦੇ ਸੰਗੀਤ ਉਸਤਾਦ ਸ੍ਰੀ ਹਨੂਮਾਨ ਪ੍ਰਸਾਦ ਦਾ ਦਿਹਾਂਤ ਹੋ ਗਿਆ ਤੇ ਪ੍ਰਭੂ ਸਹਾਏ ਨੂੰ ਬਨਾਰਸ ਜਾਣਾ ਪਿਆ ਜਦੋਂ 2 ਮਹੀਨੇ ਪ੍ਰਭੂ ਸਹਾਏ ਵਾਪਸ ਸ੍ਰੀ ਪੈਣੀ ਸਾਹਿਬ ਨਾਲ ਪਰਤਿਆ ਤਾਂ ਸਤਿਗੁਰੂ ਜੀ ਨੇ ਪੁੱਛਿਆ ਪ੍ਰਭੂ ਕਿੱਥੇ ਹੈ ਜਦੋਂ ਪਤਾ ਲੱਗਾ ਕਿ 2 ਮਹੀਨੇ ਤੋਂ ਬਨਾਰਸ ਗਿਆ ਹੋਇਆ ਹੈ ਤਾਂ ਬਾਦਸ਼ਾਹ ਜੀ ਨੇ ਆਪ ਫੋਨ ਕਰਕੇ ਜਲਦੀ ਸ੍ਰੀ ਪੈਣੀ ਸਾਹਿਬ ਵਾਪਸ ਆਉਣ ਵਾਸਤੇ ਕਿਹਾ ਇਵੇਂ ਹੀ ਪ੍ਰਭੂ ਦਾ ਪਰਿਵਾਰ ਬਨਾਰਸ ਵਿੱਚ ਤੇ ਆਪ શ્રી ਪੈਣੀ ਸਾਹਿਬ ਰਹਿੰਦਾ ਅਤੇ ਬੱਚਿਆਂ ਨੂੰ ਸਗੀ ਸੰਗੀਤ ਸਿਖਾਉਂਦਾ ਬਨਾਰਸ ਵੀ ਆਉਣ ਜਾਣ ਬਣਿਆ ਰਹਿੰਦਾ ਇਸ ਵਾਰ ਨਵੰਬਰ 2008 ਵਿੱਚ ਵੀ ਪ੍ਰਭੂ ਸਹਾਏ ਬਨਾਰਸ ਗਏ ਅਤੇ શ્રી ਪੈਣੀ ਸਾਹਿਬ ਨੂੰ ਵਾਪਸ ਆਉਣ ਦੇ ਵਕਤ ਸੁਲਤਾਨਪੁਰ ਸਟੇਸ਼ਨ ਤੇ ਪਾਣੀਪੀਂ ਟ੍ਰੇਨ ਤੋਂ ਹੇਠਾਂ ਉਤਰੇ ਅਤੇ ਟ੍ਰੇਨ ਚੜਨ ਤੇ ਟ੍ਰੇਨ ਤੇ ਚੜਨ ਲੱਗਿਆਂ ਪੈਰ ਤੇ ਲੱਗ ਗਿਆ ਅਤੇ ਰੇਲਵੇ ਲਾਈਨ ਤੇ ਇਹ ਡਿੱਗ ਗਿਆ ਅਤੇ ਟ੍ਰੇਨ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਹੁਣੇ-ਹੁਣੇ ਇਹ ਖਬਰ ਸੰਗੀਤ ਹਾਲ ਵੀ ਸਤਗੁਰੂ ਜੀ ਕੋਲ ਪਹੁੰਚੀ ਤਾਂ ਕੋਮਲ ਬਾਵੀ ਸਤਗੁਰੂ ਜੀ ਸਤਗੁਰਜਕਜੀਤ ਸਿੰਘ ਜੀ ਨਾਮ ਧਾਰੀ ਬੱਚਿਆਂ ਦੇ ਪਿਆਰੇ ਸੰਗੀਤ ਉਸਤਾਦ ਦੀ ਮ੍ਰਿਤੂ ਦੀ ਖਬਰ ਸੁਣ ਇਕਦਮ ਸੰਗੀਤ ਹਾਲ ਚੋਂ ਪਰਤ ਆਏ ਹਨ ਅਤੇ ਨਿੱਜੀ ਕਮਰੇ ਵਿੱਚ ਵੜ ਬੂਹਾ ਪੀਚ ਲਿਆ ਹੈ। ਤਕਰੀਬਨ ਅੱਧੇ ਘੰਟੇ ਬਾਅਦ ਸਤਿਗੁਰੂ ਜੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਬਚਨ ਕੀਤਾ ਰਚਪਾਲ ਉਸ ਦੇ ਪਰਿਵਾਰ ਅਤੇ ਮਾਤਾ ਪਿਤਾ ਨੂੰ ਇੱਥੇ ਲੈ ਆਓ ਸ਼੍ਰੀ ਭੈਣੀ ਸਾਹਿਬ ਸ਼੍ਰੀ ਪ੍ਰਭੂ ਸਹਾਏ ਦੀ ਪਤਨੀ ਬੀਬੀ ਅਨੀਤਾ ਸਹਾਏ ਦੇ ਦੱਸਣ ਅਨੁਸਾਰ ਅਨੀਤਾ ਦੇ ਆਪਣੇ ਭਰਾ ਮੁਕੇਸ਼ ਨੂੰ ਵੀ ਪ੍ਰਭੂ ਸਹਾਏ ਆਪਣੇ ਨਾਲ ਹੀ ਸ਼੍ਰੀ ਭੈਣੀ ਸਾਹਿਬ ਲੈ ਆਏ ਸਨ ਅਤੇ ਸਤਿਗੁਰੂ ਜੀ ਕੋਲ ਅਰਜ ਕਰਕੇ ਉਸ ਨੂੰ ਸੂਬਾ ਹਰਪ੍ਰਜਨ ਸਿੰਘ ਹੋਰਾਂ ਦੀ ਫੈਕਟਰੀ ਵਿੱਚ ਕੰਮ ਤੇ ਲਗਵਾ ਦਿੱਤਾ ਸੀ ਉਹ ਵੀ ਇਸ ਘਟਨਾ ਵਕਤ ਬਨਾਰਸ ਪ੍ਰਭੂ ਸਹਾਇ ਦੇ ਨਾਲ ਹੀ ਗਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਦਾ ਹੁਕਮ ਵੀ ਸਾਡੇ ਕੋਲ ਪਹੁੰਚ ਗਿਆ ਸੀ ਅਤੇ ਮੇਰੇ ਭਾਈ ਮੁਕੇਸ਼ ਨੇ ਵੀ ਕਿਹਾ ਕਿ ਹੁਣ ਤੁਸੀਂ ਬੱਚਿਆਂ ਨੂੰ ਲੈ ਕੇ ਸ਼੍ਰੀ ਪੈਣੀ ਸਾਹਿਬ ਚਲੋ ਇੱਥੇ ਤੁਸੀਂ ਕੀ ਕਰੋਗੇ ਸਤਿਗੁਰੂ ਜੀ ਕੋਲ ਅਰਜ ਕਰ ਲਵਾਂਗੇ ਮਹੀਨੇ ਤੋਂ ਬਾਅਦ ਮੁਕੇਸ਼ ਆਪਣੀ ਭੈਣ ਤੇ ਦੋਵੇਂ ਬੱਚਿਆਂ ਤੇ ਪ੍ਰਭੂ ਸਹਾਇ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਸ਼੍ਰੀ ਭੈਣੀ ਸਾਹਿਬ ਆ ਗਿਆ। ਉਸ ਵਕਤ ਕ੍ਰਿਸ਼ਨਾ ਵੱਡਾ ਕ੍ਰਿਸ਼ਨਾ ਵੱਡਾ 12 ਸਾਲਾਂ ਦਾ ਸੀ ਅਤੇ ਵਿਨਾਇਕ 8 ਸਾਲਾਂ ਦਾ। ਭਾਸ਼ਾ ਦੀ ਅਚਾਨਕ ਵਿੱਚ ਮੱਥਾ ਟੇਕਿਆ। ਭਾਸ਼ਾ ਜੀ ਨੇ ਪਰਿਵਾਰ ਨੂੰ ਧੀਰਜ ਦਿੱਤਾ ਅਤੇ ਬਚਨ ਕੀਤਾ ਤੁਸੀਂ ਇੱਥੇ ਮੇਰੇ ਕੋਲ ਰਹੋ ਸ਼੍ਰੀ ਭੈਣੀ ਸਾਹਿਬ। ਸਾਰੇ ਇੰਤਜ਼ਾਰ ਹੋ ਇੰਤਜ਼ਾਮ ਹੋ ਜਾਣਗੇ ਬੱਚਿਆਂ ਵੱਲ ਵੇਖ ਵਚਨ ਵਚਨ ਕੀਤਾ ਸਾਨੂੰ ਪਲੇ ਪਲੇ ਪਲਾਏ ਬੱਚੇ ਮਿਲ ਗਏ ਇਹਨਾਂ ਨੂੰ ਪੜ੍ਹਾਵਾਂਗੇ ਤੇ ਸੰਗੀਤ ਵੀ ਸਿਖਾਵਾਂਗੇ ਅੱਜ ਕ੍ਰਿਸ਼ਨਾ ਸਹਾਏ ਤਬਲਾ ਵਜਾਂਦਾ ਹੈ ਤੇ ਛੋਟਾ ਵਿਨਾਇਕ ਸਹਾਈ ਸਰੰਗੀ ਦੋਵਾਂ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੀ ਪਰਵਿਰਸ਼ ਦਾ ਫਿਕਰ ਹੁਣ ਸਤਿਗੁਰੂ ਉਦੇਸ ਸਿੰਘ ਜੀ ਕਰਦੇ ਹਨ ਜਿਵੇਂ ਸਤਿਗੁਰੂ ਜਗਜੀਤ ਸਿੰਘ ਜੀ ਕਰਿਆ ਕਰਦੇ ਸਨ ਧੰਨ ਹੰshi 사ਤਗੁਰੂ ਚਕਜੀਤ ਸਿੰਘ ਜੀ ਗਰੀਬਾਂ ਦੇ ਰક્ષਕ ਸਾਸਰੀਆਕਾਲ